ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਪਰਮਾਤਮਾ ਕਿਵੇਂ, ਅੱਜ ਦਾ ਜੋ ਸਾਡਾ ਵਿਸ਼ਾ ਹੈ ਪਰਮਾਤਮਾ ਕੌਣ ਹੈ। ਸੋ ਦੋਸਤੋ, ਅਕਸਰ ਹੀ ਨਾਸਤਿਕ ਅਤੇ ਆਸਤਿਕ ਲੋਕਾਂ ਦੇ ਵਿੱਚ ਪਰਮਾਤਮਾ ਨਾਲ ਜੁੜੀ ਬਹਿਸ ਚੱਲਦੀ ਰਹਿੰਦੀ ਹੈ ਵੀ ਪਰਮਾਤਮਾ ਹੈ ਜਾਂ ਨਹੀਂ ਹੈ। ਸੋ ਪਰਮਾਤਮਾ ਨਾਲ ਜੋ ਜੁੜੀ ਇਹ ਬਹਿਸ ਹੈ, ਇਹ ਬਿਲਕੁਲ ਹੀ ਬੇਤੁਕੀ ਹੈ। ਇਹ ਪਰਮਾਤਮਾ ਜੋ ਹੈ, ਇਹ ਇੱਕ ਮੰਨਣ ਦਾ ਵਿਸ਼ਾ ਹੈ, ਤੁਹਾਡੀ ਭਾਵਨਾ ਨਾਲ ਜੁੜਿਆ ਹੋਇਆ ਹੈ ਪਰਮਾਤਮਾ ਦਾ ਜੋ ਕੰਸੈਪਟ ਹੈ। ਸੋ ਗੁਰੂ ਨਾਨਕ ਕਹਿੰਦੇ ਹਨ ਕਿ ਪਰਮਾਤਮਾ ਨੂੰ ਸਮਝਣਾ, ਪਰਮਾਤਮਾ ਨੂੰ ਜਾਣਨਾ ਇਹ ਆਪਣੇ ਆਮ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ। ਪਰਮਾਤਮਾ ਇੱਕ ਭਾਵਨਾ ਹੈ, ਪਰਮਾਤਮਾ ਸਾਡੇ ਅੰਦਰ ਸਾਡੇ ਮਨ ਦੇ ਵਿੱਚ ਵਸੀ ਹੋਈ ਇੱਕ ਭਾਵਨਾ ਹੈ। ਪਰਮਾਤਮਾ ਹਰ ਇੱਕ ਇਨਸਾਨ ਉੱਤੇ ਅਸੀਂ ਥੋਪ ਨਹੀਂ ਸਕਦੇ। ਜੇਕਰ ਅਸੀਂ ਕੋਈ ਕਈ ਕਿਸੇ ਨਾਸਤਿਕ ਬੰਦੇ ਲਈ ਉਹਦੇ ਮੁਤਾਬਕ ਪਰਮਾਤਮਾ ਨੂੰ ਮੰਨੇ ਤਾਂ ਅਸੀਂ ਕਿਸੇ 'ਤੇ ਪਰਮਾਤਮਾ ਨੂੰ ਮੰਨਣ ਲਈ ਇਹ ਵਿਸ਼ਾ ਥੋਪ ਨਹੀਂ ਸਕਦੇ। ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਪਰਮਾਤਮਾ ਨੂੰ ਮੰਨੇ। ਸੋ ਪਰਮਾਤਮਾ ਤੁਹਾਡੇ ਮਨ ਦੇ ਰਾਹੀਂ ਉਪਜੀ ਹੋਈ ਇੱਕ ਸ਼ਕਤੀ ਹੈ। ਮਨ ਕੀ ਹੈ? ਮਨ ਇੱਕ ਸੂਖਸ਼ਮ ਰੂਪ ਜੋਤ ਸਰੂਪ ਹੈ ਜੋ ਤੁਹਾਡੇ ਖਿਆਲਾਂ ਦੇ ਨਾਲ, ਤੁਹਾਡੇ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ। ਤੁਹਾਡਾ ਮਨ ਹੀ ਤੁਹਾਨੂੰ ਇਸ ਵਿਸ਼ੇ ਦੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਸੋ ਜਦੋਂ ਕਿਤੇ ਵੀ ਤੁਸੀਂ ਪਰਮਾਤਮਾ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਤਾਂ ਖੁਦ ਨੂੰ ਇੱਕ ਸਵਾਲ ਕਰਨਾ, ਮੈਂ ਕੌਣ ਹਾਂ? ਵਾਰ ਵਾਰ ਸਵਾਲ ਕਰਨਾ, ਮੈਂ ਕੌਣ ਹਾਂ? ਜੋ ਅਨੁਭਵ ਤੁਹਾਨੂੰ ਪਰਮਾਤਮਾ ਦੇ ਬਾਰੇ ਪ੍ਰਾਪਤ ਹੋਣਗੇ ਇਸ ਸਵਾਲ ਦੇ ਰਾਹੀਂ, ਉਹ ਤੁਸੀਂ ਕਿਸੇ ਸਾਹਮਣੇ ਬਿਆਨ ਨਹੀਂ ਕਰ ਸਕਦੇ, ਕਿਉਂਕਿ ਉਹ ਅਨੁਭਵ ਹੀ ਵੱਖਰੇ ਹਨ। ਕਿਉਂਕਿ ਪਰਮਾਤਮਾ ਦਾ ਜੋ ਕੰਸੈਪਟ ਹੈ, ਪਰਮਾਤਮਾ ਦਾ ਵਿਸ਼ਾ ਹੈ, ਇਹ ਕਿਸੇ ਦੇ ਉੱਤੇ ਥੋਪਿਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਮੰਨਣਾ ਨਾ ਮੰਨਣਾ ਹਰ ਇੱਕ ਇਨਸਾਨ ਦੀ ਆਪਣੀ ਚੋਇਸ ਹੈ। ਸੋ ਪਰਮਾਤਮਾ ਤੁਹਾਡੀਆਂ ਭਾਵਨਾਵਾਂ 'ਚ ਉਪਜੇਗਾ ਜਦੋਂ ਤੁਸੀਂ ਆਪਣੇ ਅੰਦਰ ਝਾਤ ਮਾਰੋਗੇ। ਪਰਮਾਤਮਾ, ਗੁਰੂ ਸਾਹਿਬ ਕਹਿੰਦੇ ਹਨ, ਇਸ ਸ੍ਰਿਸ਼ਟੀ ਦੇ ਕਣ ਕਣ 'ਚ ਵਸਿਆ ਹੋਇਆ ਹੈ। ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਜੋਤ ਸਰੂਪ ਵਸਿਆ ਹੋਇਆ ਹੈ। ਸੋ ਉਸਦੀ ਖੋਜ ਕਿੱਥੇ ਕਰਨੀ ਹੈ? ਉਸਦੀ ਖੋਜ ਆਪਣੇ ਅੰਦਰ ਕਰਨੀ ਹੈ। ਗੁਰਬਾਣੀ ਕਹਿੰਦੀ ਹੈ, ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਨਾ ਹੋ। ਅੰਦਰ ਖੋਜ ਕਰਨੀ ਹੈ ਉਸ ਪਰਮਾਤਮਾ ਦੀ। ਤੁਹਾਨੂੰ ਜੇਕਰ ਪਰਮਾਤਮਾ ਕਿਤੇ ਮਿਲੇਗਾ ਹੀ ਤਾਂ ਤੁਹਾਡੇ ਰੂਪ ਦੇ ਤੁਹਾਡੇ ਵਿੱਚੋਂ ਹੀ ਪ੍ਰਾਪਤ ਹੋਵੇਗਾ, ਹੋਰ ਕਿਤੋਂ ਵੀ ਪ੍ਰਾਪਤ ਨਹੀਂ ਹੋਵੇਗਾ। ਕਿ ਗੁਰੂ ਨਾਨਕ ਦੇ ਘਰ ਦਾ ਕੰਸੈਪਟ ਹੀ ਇਹ ਸੀ, ਉਹਨਾਂ ਨੇ ਕਰਮ ਕਾਂਡਾਂ 'ਚੋਂ ਕੱਢਿਆ ਸੀ ਮਨੁੱਖ ਨੂੰ। ਉਹ ਕਹਿੰਦੇ ਸਨ, ਅੰਦਰ ਦੇ ਗੁਰਦੁਆਰੇ ਜਾਓ, ਅੰਦਰ ਦੇ ਮੰਦਰ ਜਾਓ, ਤੁਹਾਨੂੰ ਪਰਮਾਤਮਾ ਉੱਥੇ ਮਿਲ ਜਾਊਗਾ। ਸੋ ਗੁਰੂ ਸਾਹਿਬ ਨੇ ਤਾਂ ਬਹੁਤ ਡੂੰਘੀਆਂ ਗੱਲਾਂ ਪਰਮਾਤਮਾ ਦੇ ਨਾਲ ਸੰਬੰਧਿਤ ਕਹੀਆਂ ਹਨ। ਸੋ ਪਰਮਾਤਮਾ ਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਹ ਸਾਰੇ ਕਰਮ ਕਾਂਡ ਛੱਡਣੇ ਪੈਣਗੇ ਜੋ ਹੁਣ ਤੱਕ ਸਾਨੂੰ ਧਰਮ ਦੇ ਨਾਂ ਦੇ ਉੱਤੇ ਦਿੱਤੇ ਗਏ ਹਨ। ਅਸਲ ਧਰਮ ਨੂੰ ਸਮਝਣਾ ਪਵੇਗਾ, ਕਿਸ ਤਰ੍ਹਾਂ ਦੇ ਧਰਮ ਦੀ ਗੱਲ ਪਰਮਾਤਮਾ ਦੇ ਬਾਰੇ ਗੁਰੂ ਸਾਹਿਬ ਕਹਿ ਕੇ ਗਏ ਸਨ। ਮਨੁੱਖ ਦਾ ਮਨੁੱਖ ਦੇ ਨਾਲ ਪਿਆਰ ਹੋਣਾ ਜ਼ਰੂਰੀ ਹੈ, ਹਰ ਇੱਕ ਜੀਵ ਦੇ ਪ੍ਰਤੀ ਦਇਆ ਹੋਣੀ ਜ਼ਰੂਰੀ ਹੈ। ਜਦੋਂ ਸਾਡੇ ਅੰਦਰ ਪਿਆਰ ਨਹੀਂ, ਸਾਡੇ ਅੰਦਰ ਦਇਆ ਨਹੀਂ, ਤਰਸ ਨਹੀਂ, ਤਦ ਅਸੀਂ ਪਰਮਾਤਮਾ ਨੂੰ ਨਹੀਂ ਜਾਣ ਸਕਦੇ, ਪਰਮਾਤਮਾ ਨੂੰ ਨਹੀਂ ਸਮਝ ਸਕਦੇ। ਕਿਉਂਕਿ ਪਰਮਾਤਮਾ ਦਾ ਨਾਮ ਪਿਆਰ ਹੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਸੋ ਪ੍ਰੇਮ ਦੇ ਵਿੱਚੋਂ ਪਰਮਾਤਮਾ ਉਪਜਦਾ ਹੈ। ਹਰ ਇੱਕ ਜੀਵ ਨੂੰ ਤੁਸੀਂ ਪਿਆਰ ਕਰੋ, ਹਰ ਇੱਕ ਜੀਵ ਨੂੰ ਤੁਸੀਂ ਇੱਜ਼ਤ ਦਿਓ, ਪਿਆਰ ਦਿਓ, ਰਿਸਪੈਕਟ ਦਿਓ, ਕਿਸੇ ਪ੍ਰਤੀ ਸਾੜਾ ਨਾ ਰੱਖੋ।
ਜੇ ਕੋਈ ਇਨਸਾਨ ਅੱਗੇ ਵੱਧਦਾ ਹੈ ਉਸਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ, ਨਾ ਕਿ ਸਾੜਾ ਹੋਣਾ ਚਾਹੀਦਾ ਹੈ। ਜੇ ਕੋਈ ਇਨਸਾਨ ਕਿਸੇ ਕੰਮ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਉਸਦੇ ਲਈ ਤੁਹਾਡੇ ਮਨ 'ਚ ਖੁਸ਼ੀ ਹੋਣੀ ਚਾਹੀਦੀ ਹੈ, ਤੁਹਾਡੇ ਮਨ 'ਚ ਦੁਆਵਾਂ ਹੋਣੀਆਂ ਚਾਹੀਦੀ ਪਰਮਾਤਮਾ ਸਭ ਨੂੰ ਤਰੱਕੀ ਦੇਵੇ। ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਬਦਲ ਲਿਆ, ਤੁਹਾਡੀਆਂ ਭਾਵਨਾਵਾਂ ਸਕਾਰਾਤਮਿਕ ਹੋ ਗਈਆਂ, ਹਰ ਜੀਵ ਦੇ ਪ੍ਰਤੀ ਪਿਆਰ ਆ ਗਿਆ, ਫਿਰ ਤੁਸੀਂ ਆਪਣੇ ਵੱਲ ਵੀ ਮੁੱਖ ਕਰਨਾ ਹੈ, ਆਪਣੇ ਅੰਦਰ ਵੀ ਮੁੱਖ ਕਰਨਾ ਹੈ। ਜਿਸ ਦਿਨ ਤੁਸੀਂ ਆਪਣੇ ਵੱਲ ਮੁੱਖ ਕੀਤਾ, ਖੁਦ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਸਕਾਰਾਤਮਿਕ ਤਰੀਕੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਜੋ ਅਨੁਭਵ ਤੁਹਾਨੂੰ ਉਦੋਂ ਹੋਣਗੇ ਉਹ ਪਰਮਾਤਮਾ ਦੇ ਅਨੁਭਵ ਹੋਣਗੇ। ਪਰਮਾਤਮਾ ਦੇ ਨਾਲ ਸੰਬੰਧਿਤ ਜੇਕਰ ਤੁਹਾਨੂੰ ਕੋਈ ਅਨੁਭਵ ਹੋਵੇਗਾ, ਕਿਸੇ ਨੂੰ ਦੱਸਣਾ ਨਹੀਂ, ਕਿਉਂਕਿ ਤੁਸੀਂ ਮਜ਼ਾਕ ਦੇ ਪਾਤਰ ਬਣ ਜਾਓਗੇ। ਕਿਉਂਕਿ ਧਿਆਨ ਦੇ ਰਾਹੀਂ ਜੋ ਅਨੁਭਵ ਹੁੰਦੇ ਹਨ ਉਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਉਹਨਾਂ ਅਨੁਭਵਾਂ ਨੂੰ ਉਹ ਪ੍ਰਾਪਤ ਕਰ ਸਕੇ, ਕਿਉਂਕਿ ਧਿਆਨ ਦੇ ਵਿੱਚ ਬਹੁਤ ਕੁਛ ਐਸਾ ਵਾਪਰਦਾ ਹੈ ਜੋ ਆਮ ਮਨਾਂ ਦੇ ਲਈ ਮੰਨਣਾ ਬਹੁਤ ਔਖਾ ਹੋ ਜਾਂਦਾ ਹੈ। ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ, ਪੋਡਕਾਸਟ ਦੀ ਵੀਡੀਓ ਸੀ, ਕੋਈ ਸਾਡੀ ਭੈਣ ਉੱਥੇ ਪਰਮਾਤਮਾ ਦੇ ਨਾਲ ਸੰਬੰਧਿਤ, ਧਿਆਨ ਦੇ ਨਾਲ ਸੰਬੰਧਿਤ ਵਾਪਰੀ ਘਟਨਾਵਾਂ ਦੇ ਬਾਰੇ ਗੱਲ ਕਰ ਰਹੀ ਸੀ, ਅਤੇ ਲੋਕਾਂ ਨੇ ਉਸਨੂੰ ਬਹੁਤ ਬੁਰਾ ਭਲਾ ਕਿਹਾ, ਬਹੁਤ ਹੀ ਜ਼ਿਆਦਾ ਉਹਦੇ ਬਾਰੇ ਗਲਤ ਟਿੱਪਣੀਆਂ ਕੀਤੀਆਂ। ਸੋ ਜੋ ਵੀ ਅਨੁਭਵ ਨੇ ਧਿਆਨ ਦੇ ਨਾਲ ਸੰਬੰਧਿਤ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਉਹ ਗੱਲ ਤਾਂ ਅਸੀਂ ਮੰਨਣ ਨੂੰ ਤਿਆਰ ਹਾਂ, ਪਰ ਜੇ ਸਾਡੇ ਵਰਗਾ ਕੋਈ ਇਨਸਾਨ ਧਿਆਨ ਦੇ ਅਨੁਭਵਾਂ ਨੂੰ ਕਿਸੇ ਸਾਹਮਣੇ ਰੱਖ ਦਿੱਤਾ, ਅਸੀਂ ਮੂਰਖ ਕਹਿਲਾਵਾਂਗੇ, ਕਿਉਂਕਿ ਇਸ ਤਰ੍ਹਾਂ ਦੇ ਅਨੁਭਵਾਂ ਨੂੰ ਹਰ ਕਿਸੇ ਦੇ ਸਾਹਮਣੇ ਨਹੀਂ ਰੱਖਿਆ ਜਾ ਸਕਦਾ। ਜੋ ਤਾਂ ਅਨੁਭਵ ਸਾਡੇ ਧਿਆਨ ਦੇ ਰਾਹੀਂ ਅਸੀਂ ਪ੍ਰਾਪਤ ਕੀਤੇ ਹਨ, ਉਹ ਅਨੁਭਵਾਂ ਨੂੰ ਜੇਕਰ ਅਸੀਂ ਲੋਕਾਂ ਸਾਹਮਣੇ ਰੱਖਾਂਗੇ ਤਾਂ ਅਸੀਂ ਮਜ਼ਾਕ ਦੇ ਪਾਤਰ ਬਣਾਂਗੇ। ਸੋ ਇਸ ਲਈ ਸਭ ਨੂੰ ਇਹੀ ਗੱਲ ਕਹੀ ਜਾਂਦੀ ਗੁਰੂ ਸਾਹਿਬ ਵੱਲੋਂ, ਖੁਦ ਧਿਆਨ ਕਰੋ, ਖੁਦ ਸਿਮਰਨ ਕਰੋ, ਜੋ ਅਨੁਭਵ ਤੁਹਾਨੂੰ ਪ੍ਰਾਪਤ ਹੋਣਗੇ ਕਿਸੇ ਨਾਲ ਸਾਂਝੇ ਨਾ ਕਰਨਾ, ਨਹੀਂ ਤਾਂ ਤੁਸੀਂ ਮਜ਼ਾਕ ਦੇ ਪਾਤਰ ਬਣ ਜਾਵੋਗੇ। ਸੋ ਆਪਣੇ ਧਿਆਨ ਦੇ ਅਨੁਭਵ, ਧਿਆਨ ਦੇ ਵਿੱਚ ਬਹੁਤ ਕੁਛ ਵਾਪਰਦਾ ਜੋ ਆਮ ਇਨਸਾਨ ਦੇ ਲਈ ਸਮਝਣਾ ਬਹੁਤ ਮੁਸ਼ਕਲ ਹੁੰਦਾ, ਸੋ ਉਹ ਅਨੁਭਵਾਂ ਨੂੰ ਕਦੇ ਵੀ ਕਿਸੇ ਦੇ ਸਾਹਮਣੇ ਨਾ ਰੱਖਣਾ, ਇਹੀ ਪਰਮਾਤਮਾ ਦੀ ਹੋਂਦ ਦੀ ਇੱਕ ਨਿਸ਼ਾਨੀ ਹੁੰਦੀ ਹੈ। ਜੇਕਰ ਤੁਸੀਂ ਕਿਸੇ ਨੂੰ ਕਹਿ ਦੇਵੋਗੇ ਮੇਰੇ ਅੰਦਰੋਂ ਰੋਸ਼ਨੀ ਪੈਦਾ ਹੋਈ ਤਾਂ ਉਹ ਨਹੀਂ ਮੰਨੇਗਾ ਕੋਈ, ਜੇਕਰ ਤੁਸੀਂ ਕਿਸੇ ਨੂੰ ਕਹਿ ਦੇਵੋਗੇ ਮੈਂ ਬ੍ਰਹਿਮੰਡ ਦੇ 'ਚ ਟਰੈਵਲ ਕੀਤਾ, ਉਹ ਨਹੀਂ ਮੰਨੇਗਾ ਕੋਈ, ਕਿਉਂਕਿ ਲੋਕ ਤਰਕਵਾਦੀ ਹੋ ਗਏ ਹਨ, ਲੋਕ ਸਿਰਫ ਉਹਨਾਂ ਗੱਲਾਂ 'ਤੇ ਯਕੀਨ ਕਰਦੇ ਹਨ ਜੋ ਉਹਨਾਂ ਦੇ ਸਾਹਮਣੇ ਹਨ, ਖੁਦ ਖੋਜ ਨਹੀਂ ਕਰਦਾ ਕੋਈ ਵੀ। ਅੱਜ ਕੱਲ੍ਹ ਕਾਪੀ ਪੇਸਟ ਦਾ ਰਿਵਾਜ਼ ਚੱਲਦਾ ਹੈਗਾ, ਕਿਸੇ ਦੀ ਕਈ ਗੱਲ 'ਤੇ ਬਸ ਉਹਨੂੰ ਆਪਦੇ ਨਾਂ 'ਤੇ ਛਾਪ ਦੇਵੋ, ਕੋਈ ਉੱਤੇ ਅਭਿਆਸ ਕਰਕੇ, ਕੋਈ ਮਿਹਨਤ ਕਰਕੇ, ਕੋਈ ਪੜ੍ਹ ਕੇ ਖੁਸ਼ ਨਹੀਂ ਹੈ। ਸੋ ਇਹ ਪਰਮਾਤਮਾ ਦੇ ਨਾਲ ਜੁੜੇ ਹੋਏ ਅਨੁਭਵਾਂ ਦੀ ਗੱਲ ਹੈ, ਪਰਮਾਤਮਾ ਸਾਡੇ ਅੰਤਰ ਭਾਵ ਤੋਂ ਪੈਦਾ ਹੁੰਦਾ ਹੈ, ਪਰਮਾਤਮਾ ਕੋਈ ਮੂਰਤੀ ਨਹੀਂ, ਕੋਈ ਤਸਵੀਰ ਨਹੀਂ, ਪਰਮਾਤਮਾ ਇੱਕ ਭਾਵਨਾ ਹੈ ਜੋ ਤੁਹਾਡੇ ਅੰਦਰੋਂ ਪਿਆਰ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਸੋ ਇਹ ਸਨ ਅੱਜ ਦੇ ਸੋ ਪਰਮਾਤਮਾ ਸੰਬੰਧੀ ਸਾਡੇ ਵਿਚਾਰ। ਸੋ ਮਿਲਦੇ ਹਾਂ ਫਿਰ ਕਿਸੇ ਨਵੇਂ ਪਿਛਲੇ ਨਵੇਂ ਵੀਡੀਓ ਦੇ ਨਾਲ, ਸਾਡੇ ਨਾਲ ਬਣੇ ਰਹੋ, ਧੰਨਵਾਦ।